ਜਸਟਿਸ ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਕਾਨੂੰਨ ਦੀਆਂ ਅੰਕਲਾਬੀਆਂ अरुण ਭਰਗਵਾ ਨਾਂ ਦਾ ਵਿਅਕਤੀ 우ਜੈਨ ਦੇ ਇੱਕ ਹੋਟਲ ਸਾਹਮਣੇ ਬੈਠਾ ਸੀ ਜਦ ਰਾਤ ਦੇ 9 ਵਜੇ ਭਰਤ ਸਿੰਘ ਤੇ ਰੋਹਿਤ ਸਿੰਘ ਨੇ ਉਹਨੂੰ ਪਿਛਲੇ ਪਾਸਿਓਂ ਬਾਹਾਂ ਤੋਂ ਫੜ ਲਿਆ ਤੇ ਉਹਨਾਂ ਨੇ ਤੀਜੇ ਉਹਨਾਂ ਦੇ ਤੀਜੇ ਸਾਥੀ ਦਿਲੀਪ ਕੁਮਾਰ ਨੇ ਉਹਦੀ ਛਾਤੀ 'ਚ ਇੱਕ ਲੰਮਾ ਚਾਕੂ ਆ ਘੋਬਿਆ ਚਾਕੂ ਨੇ अरुण ਦੇ ਦਿਲ 'ਚ 파ੜ ਖੋਲ ਦਿੱਤਾ ਤੇ ਉਸ ਨਾਲ ਉਹਦੀ ਮੌਤ ਹੋ ਗਈ। ਮੁਕੱਦਮਾ ਚੱਲਣ ਤੇ ਸੈਸ਼ਨ ਜੱਜ ਨੇ ਦਲੀਪ ਕੁਮਾਰ ਨੂੰ ਦਫਾ 302 ਹੇਟ ਮੌਤ ਦੀ ਸਜ਼ਾ ਦਿੱਤੀ। ਪਰਤ ਸਿੰਘ ਨੂੰ ਦਫਾ 302 34 ਹੇਟ ਤੇ ਰੋਹਿਤ ਸਿੰਘ ਨੂੰ ਦਫਾ 303 ਹੇਟ। ਮਧ ਪ੍ਰਦੇਸ਼ ਹਾਈ ਕੋਰਟ ਨੇ ਪਰਤ ਸਿੰਘ ਦੀ ਫਾਂਸੀ ਉਮਰ ਕੈਚ ਬਦਲ ਦਿੱਤੀ। ਦੂਜੇ ਦੋਹਾਂ ਦੀ ਕਾਇਮ ਰੱਖੀ। ਸੁਪਰੀਮ ਕੋਰਟ ਕੋਲ ਸਵਾਲ ਉਠਿਆ। ਕੀ ਰੋਹਿਤ ਸਿੰਘ ਦੇ ਕੇਸ ਨੂੰ ਦਫਾ 303 ਲੱਗਦਾ ਸੀ ਉਹ ਦਫਾ ਜਿਹਦੇ ਹੇਠ ਕੇਵਲ ਮੌਤ ਦਾ ਦੰਡ ਹੀ ਦਿੱਤਾ ਜਾ ਸਕਦਾ ਹੈ ਉਮਰ ਕੈਦ ਦਾ ਨਹੀਂ ਇਹ ਦਫਾ ਉਸ ਕਾਤਲ ਨੂੰ ਲੱਗਦਾ ਹੈ ਜਿਹੜਾ ਕਤਲ ਦਾ ਅਪਰਾਧ ਕਰਨ ਸਮੇਂ ਪਹਿਲਾਂ ਹੀ ਉਮਰ ਕੈਦੀ ਸਜ਼ਾ ਦੀ ਅਧੀਨ ਹੋਵੇ ਰੋਹਿਤ ਸਿੰਘ ਦਾ ਅਪਰਾਧ ਭਰਤ ਸਿੰਘ ਵਰਗਾ ਹੀ ਸੀ ਮਰਨ ਵਾਲੇ ਨੂੰ ਕਾਬੂ ਕਰਨਾ ਤਾਂ ਜੋ ਦਲੀਪ ਕੁਮਾਰ ਬਿਨਾਂ ਰੋਕ ਟੋਕੋ ਦਾ ਕਤਲ ਕਰ ਸਕੇ ਪਰ ਜਿਸ ਦਿਨ ਉਹ ਅਰुण ਭਰਗਵਾ ਦੇ ਕਤਲ ਚ ਸ਼ਾਮਲ ਹੋਇਆ ਸੀ ਉਸ ਦਿਨ ਉਮਰ ਕੈਦ ਦੇ ਦੰਡ ਦੇ ਹਿੰਸੀ ਕਿਉਂਕਿ ਪਹਿਲਾਂ 24 ਜੂਨ 1971 ਨੂੰ ਉਹਨੂੰ ਇੱਕ ਪ੍ਰਭੂ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਸੀ ਹਿੰਦ ਦੰਡਾਵਲੀ ਵਿੱਚ ਸੱਤ ਅਜੇ ਅਪਰਾਧਾਂ ਦਾ ਜ਼ਿਕਰ ਹੈ ਜਿਨ੍ਹਾਂ ਲਈ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਾਂ ਉਮਰ ਕੈਦ ਦੀ ਤੇ ਧਾਰਾ 303 ਹੇਠ ਅਦਾਲਤ ਕੋਲ ਮੌਤ ਦੀ ਸਜ਼ਾ ਦੇਣ ਤੋਂ ਬਿਨਾ ਕੋਈ ਚਾਰਾ ਨਹੀਂ ਸ਼ਾਇਦ ਕਾਨੂੰਨ ਬਣਾਉਣ ਵਾਲਿਆਂ ਨੇ ਸੋਚਿਆ ਕਿ ਜਿਸ ਬੰਦੇ ਨੂੰ ਪਹਿਲਾਂ ਤੋਂ ਮਿਲੀ ਉਮਰ ਕੈਦ ਦੀ ਸਜ਼ਾ ਕਤਲ ਜਿਹਾ ਗੰਭੀਰ ਅਪਰਾਧ ਕਰਨ ਤੋਂ ਨਹੀਂ ਹੋੜ ਸਕੀ ਉਹਨੂੰ ਪਿੱਛੋਂ ਦੱਸਿਆ ਅਪਰਾਧ ਲਈ ਕੇਵਲ ਕੈਦ ਦੀ ਸਜ਼ਾ ਦੇਣਾ ਉਚਿਤ ਨਹੀਂ ਹੋਏਗਾ ਉਹਦੇ ਲਈ ਮੌਤ ਦਾ ਦੰਡ ਹੀ ਢੁਕਵਾਂ ਦੰਡ ਹੈ ਪਰ ਰੋਹੇ ਦੇ ਕੇਸ ਵਿੱਚ ਕਾਜੀ ਬੁੱਲਜਨ ਪਾਦਾ ਹੋ ਗਏ ਪ੍ਰਭੂ ਦਾ ਕਤਲ 24 ਅਕਤੂਬਰ 1971 ਨੂੰ ਹੋਇਆ 18 ਮਈ 1972 ਨੂੰ ਸੈਸ਼ਨ ਜੱਜ ਨੇ ਉਹਨੂੰ ਉਮਰ ਕੈਦ ਦਾ ਹੁਕਮ ਸੁਣਾਇਆ ਤਾਂ 2 ਜੂਨ 1973 ਨੂੰ ਅਰुण ਭਾਰਗਵਾ ਨੂੰ ਕਤਲ ਕੀਤਾ ਗਿਆ ਉਸ ਦਿਨ ਰੋਹਿਤ ਦੀ ਉਮਰ ਕੈਦ ਦੀ ਸਜ਼ਾ ਕਾਇਮ ਸੀ ਤੇ ਇਹੋ ਸਥਿਤੀ 24 ਜਨਵਰੀ 1974 ਨੂੰ ਸੀ ਜਿਸ ਦਿਨ ਸੈਸ਼ਨ ਜੱਜ ਨੇ ਅਰुण ਭਾਰਗਵਾ ਦੇ ਕਤਲ ਦਾ ਫੈਸਲਾ ਸੁਣਾਇਆ ਸੋ ਸੈਸ਼ਨ ਜੱਜ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਰੋਹਿਤ ਨੂੰ ਅਰुण ਦੇ ਕਤਲ ਲਈ ਫਾਂਸੀ ਤੋਂ ਘੱਟ ਕੋਈ ਸਜ਼ਾ ਦੇਵੇ ਉਪਰੋਕਤ ਦੋਵੇਂ ਕੇਸ ਮੱਧ ਪ੍ਰਦੇਸ਼ ਹਾਈ ਕੋਰਟ ਕੋਲ ਇੱਕੋ ਦਿਨ ਫੈਸਲੇ ਲਈ ਪੇਸ਼ ਹੋਏ 27 ਫਰਵਰੀ 1974 ਨੂੰ ਹਾਈ ਕੋਰਟ ਨੇ ਰੋਹਿਤ ਨੂੰ ਪ੍ਰਭੂ ਦੇ ਕਤਲ ਤੋਂ ਬਰੀ ਕਰ ਦਿੱਤਾ ਪਰ ਜਦੋਂ ਅਰຸນ ਦੇ ਕਤਲ ਬਾਰੇ ਫੈਸਲਾ ਦੇਣ ਲੱਗੇ ਤਾਂ ਇਸ ਨਤੀਜੇ ਤੇ ਪਹੁੰਚੀ ਕਿ ਦੂਜਾ ਕਤਲ ਵੀ 20 ਜੂਨ 1973 ਨੂੰ ਕੀਤਾ ਗਿਆ ਸੀ ਉਸ ਦਿਨ ਰੋਹਿਤ ਨੂੰ ਪ੍ਰਭੂ ਦੇ ਕਤਲ ਦੀ ਉਮਰ ਕੈਦ ਹੋਈ ਹੋਈ ਸੀ ਇਸ ਲਈ 20 ਜੂਨ 1973 ਨੂੰ ਕੀਤੇ ਕਤਲ ਲਈ ਉਹਨੂੰ ਫਾਂਸੀ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਸੀ ਭਾਵੇਂ ਸਜ਼ਾ ਸਜ਼ਾ ਦਾ ਆਧਾਰ ਬਣਨ ਵਾਲੀ ਉਮਰ ਕੈਦ ਦੀ ਸਜ਼ਾ ਦੂਜੇ ਕਤਲ ਦੀ ਤਰੀਕ ਤੋਂ ਬਾਅਦ ਰੱਦ ਹੋ ਗਈ ਇਸ ਤਰ੍ਹਾਂ ਮੱਧ ਪ੍ਰਦੇਸ਼ ਹਾਈ ਕੋਰਟ ਨੇ ਰੋਹਿਤ ਦੀ ਦਫਾ 303 ਹੇਠ ਫਾਂਸੀ ਦੀ ਸਜ਼ਾ ਬਹਾਲ ਰੱਖੀ ਭਾਵੇਂ ਉਹ ਪਹਿਲੇ பிரபு ਦੇ ਕਤਲ ਲਈ ਬਰੀ ਕਰ ਦਿੱਤਾ ਗਿਆ ਸੀ ਸੁਪਰੀਮ ਕੋਰਟ ਨੇ ਰੋਹਿਤ ਦੀ ਅਪੀਲ ਸੁਣੀ ਤੇ ਹਾਈ ਕੋਰਟ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਧਾਰਾ 303 ਚ ਲਿਖਿਆ ਹੈ ਜਿਹੜਾ ਵੀ ਕੋਈ ਕਤਲ ਕਰਦਾ ਤੇਸ ਤੋਂ ਹਾਈ ਕੋਰਟ ਨੇ ਅਰਥ ਕੱਢਿਆ ਕਿ ਧਿਆਨ ਵਿੱਚ ਰੱਖਣ ਵਾਲੀ ਤਰੀਕ ਕਤਲ ਦੀ ਹੈ। ਦੋਸ਼ੀ ਵਿਰੁੱਧ ਕਤਲ ਦਾ ਅਪਰਾਧ ਸਿੱਧ ਹੋਣ ਦੇ ਨਹੀਂ। ਪਰ ਸੁਪਰੀਮ ਕੋਰਟ ਨੇ ਕਿਹਾ ਕਿ ਹਰ ਦੋਸ਼ੀ ਨੂੰ નિર્ਦੋਸ਼ ਮੰਨਿਆ ਜਾਂਦਾ ਹੈ ਜਦ ਤੱਕ ਉਹਦਾ ਅਪਰਾਧ ਸਿੱਧ ਨਾ ਹੋ ਜਾਏ। ਇਸ ਲਈ ਜਿਹੜਾ ਵੀ ਕੋਈ ਕਤਲ ਕਰਦਾ ਹੈ ਉਹਦਾ ਮਤਲਬ ਲਿਆ ਜਾਣਾ ਹੈ ਜਿਹਦਾ ਵੀ ਕਤਲ ਕਰਨਾ ਸਿੱਧ ਹੋ ਗਿਆ ਹੈ ਨਾ ਕਿ ਜਿਹਦਾ ਵੀ ਕਤਲ ਕਰਨਾ ਆਖਿਆ ਜਾਂਦਾ ਹੈ। ਅਦਾਲਤਾਂ ਨਾ ਘਟਨਾਵਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੀ। ਜਿਹੜੀਆਂ ਕਿਸੇ ਕਾਨੂੰਨੀ ਕਾਰਵਾਈ ਦੇ ਆਰੰਭ ਹੋਣ ਤੋਂ ਬਾਅਦ ਵਾਪਰਦੀਆਂ ਜੇ ਹਾਈ ਕੋਰਟ ਕੋਲ ਧਾਰਾ 303 ਦੇ ਕਤਲ ਵਾਲਾ ਮੁਕੱਦਮਾ ਪਹੁੰਚਣ ਤੋਂ ਅੱਗੋਂ ਦੋਸ਼ੀ ਪਹਿਲੇ ਅਪਰਾਧ ਦੇ ਮੁਕੱਦਮੇ 'ਚ ਬਰੀ ਹੋ ਜਾਏ ਤਾਂ ਧਾਰਾ 303 ਉਹਨੂੰ ਲਾਗੂ ਨਹੀਂ ਹੋਏਗੀ ਇਸੇ ਤਰ੍ਹਾਂ ਜੇਕਰ ਸੁਪਰੀਮ ਕੋਰਟ ਕੋਲ ਦੂਜਾ ਮੁਕੱਦਮਾ ਪਹੁੰਚਣ ਤੱਕ ਦੋਸ਼ੀ ਦੀ ਪਹਿਲੇ ਮੁਕੱਦਮੇ 'ਚ ਹੋਈ ਬਰੀਅਤ ਰੱਦ ਹੋਵੇ ਹੋ ਚੁੱਕੀ ਹੋਵੇ ਤਾਂ ਸੁਪਰੀਮ ਕੋਰਟ ਦੋਸ਼ੀ ਉੱਤੇ ਧਾਰਾ 303 ਲਾਗੂ ਕਰ ਦੇਗੀ ਜਿਹੜੀ ਕਿ ਉਕਤ ਬਰੀਅਤ ਕਾਰਨ ਹੇਠਲੀ ਅਦਾਲਤ ਨੇ ਨਹੀਂ ਸਿਲਾਈ ਸੁਪਰੀਮ ਕੋਰਟ ਨੇ ਕਿਹਾ ਕਤਲ ਦਾ ਅਪਰਾਧ ਜਿਹਦੇ ਲਈ ਧਾਰਾ 303 ਲੱਗਦੀ ਹੈ ਤਾਇਓ ਵਧੇਰੇ ਗੰਭੀਰ ਅਪਰਾਧ ਸਮਝਿਆ ਜਾਂਦਾ ਹੈ ਜੇ ਪਹਿਲਾ ਅਪਰਾਧ ਕਾਨੂੰਨੀ ਤੌਰ ਤੇ ਸਿੱਧ ਹੋ ਚੁੱਕਾ ਹੋਵੇ ਪਰ ਜਦ ਦੋਸ਼ੀ ਪਹਿਲੇ ਅਪਰਾਧ ਵੱਲੋਂ ਬਰੀ ਹੋ ਜਾਂਦਾ ਹੈ ਭਾਵੇਂ ਉਹਨੂੰ ਉਹਦੇ ਲਈ ਸ਼ੱਕ ਦਾ ਲਾਭ ਹੀ ਦਿੱਤਾ ਗਿਆ ਹੋਵੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਉਹਨੇ ਉਕਤ ਅਪਰਾਧ ਨਹੀਂ ਕੀਤਾ। ਸੋ ਪਹਿਲੇ ਅਪਰਾਧ ਵੱਲੋਂ ਬਰੀਅਤ ਭਾਵੇਂ ਮੁਢਲੀ ਅਦਾਲਤ ਤੋਂ ਹੋਈ ਹੋਵੇ ਭਾਵੇਂ ਉੱਪਰਲੀ ਤੋਂ ਦੋਸ਼ੀ ਉੱਤੇ ਉਸ ਅਪਰਾਧ ਦੀ ਬਿਨਾਤੇ ਧਾਰਾ 303 ਲਾਗੂ ਨਹੀਂ ਕੀਤੀ ਜਾ ਸਕਦੀ। ਬੇਸ਼ੱਕ ਕਤਲ ਕਰਨ ਦੀ ਤਰੀਕ ਨੂੰ ਦੋਸ਼ੀ ਉਮਰ ਕੈਦ ਦੀ ਸਜ਼ਾ ਦੇ ਅਧੀਨ ਹੋਵੇ ਉਹਦੇ ਪਿੱਛੋਂ ਬਰੀ ਹੋਣ ਨਾਲ ਜਾਂ ਉਹਦੀ ਸਜ਼ਾ ਉਮਰ ਕੈਦ ਤੋਂ ਘਟ ਜਾਣ ਨਾਲ ਉਤਾਰ 303 ਛੇਟ ਦੰਡ ਦਿੱਤੇ ਜਾਣ ਦਾ ਭਾਗੀ ਨਹੀਂ ਰਹਿੰਦਾ ਇਸ ਵਿਚਾਰ ਦੇ ਸੰਮੁਖ ਕਿਉਂ ਜੋ ਰੋਹਿਤ ਪਹਿਲੀ ਪਹਿਲੀ ਉਮਰ ਕੈਦ ਸੀ ਸਜ਼ਾ ਦਵਾਉਣ ਵਾਲੇ ਪ੍ਰਭੂ ਦੇ ਕਤਲ ਦੇ ਅਪਰਾਧ ਤੋਂ ਬਰੀ ਹੋ ਗਿਆ ਸੀ ਸੁਪਰੀਮ ਕੋਰਟ ਨੇ ਉਹਦਾ ਅਰुण ਦੇ ਕਤਲ ਲਈ ਧਾਰਾ 303 ਛੇਟ ਦੰਡੇ ਜਾਣਾ ਗਲਤ ਕਰਾਰ ਦਿੱਤਾ ਤੇ 17 300 ਦੇ ਹੇਠ ਉਹਦੀ ਸਜ਼ਾ ਉਮਰ ਕੈਚ ਬਦਲ ਦਿੱਤੀ ਮਜ਼ੇਦਾਰ ਗੱਲ ਇਹ ਹੈ ਕਿ ਜਿਹੜੀ ਧਾਰਾ 303 ਮਧ ਪ੍ਰਦੇਸ਼ ਹਾਈ ਕੋਰਟ ਨੂੰ ਮਜਬੂਰ ਕਰ ਰਹੀ ਸੀ ਕਿ ਰੋਹਿਤ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਭਾਵੇਂ ਉਹ ਦੂਜੇ ਕਤਲ ਤੋਂ ਬਾਅਦ ਪਹਿਲੇ ਕਤਲ ਦੇ ਦੋਸ਼ ਤੋਂ ਬਰੀ ਹੋ ਚੁੱਕਾ ਸੀ ਸੁਪਰੀਮ ਕੋਰਟ ਨੇ ਮਿੱਠੂ ਹੋਣਾ ਦੇ ਕੇਸ ਵਿੱਚ ਗੈਰ ਕਾਨੂੰਨੀ ਆ ਕੇ ਬੇਅਸਰ ਕਰ ਦਿੱਤਾ ਇਸ ਅਦਾਲਤ ਅਨੁਸਾਰ ਇਹ ਧਾਰਾ ਦੋਸ਼ੀ ਨੂੰ ਇਹ ਯਾਚਨਾ ਕਰਨ ਦਾ ਅਪਸਰ ਨਹੀਂ ਦਿੰਦੀ ਕਿ ਉਹਨੂੰ ਮੌਤ ਦੀ ਸਜ਼ਾ ਨਾ ਦਿੱਤੇ ਜਾਏ ਤੇ ਦੂਜੇ ਬਨੇ ਇੱਕੋ ਮੌਤ ਦੀ ਸਜ਼ਾ ਦੇਣ ਲਈ ਅਦਾਲਤ ਦੇ ਹੱਥ ਬੰਨ ਛੜਦੀ ਹੈ ਅਜੇ ਆਪ ਹੁਦਰਾ ਤੇ ਜ਼ਬਰ ਉਪਬੰਧ ਭਾਰਤੀ ਸੰਵਿਧਾਨ ਦੇ ਅਨੁਛੇ 14 ਤੇ 21 ਦਾ ਉਲੰਘਣ ਕਰਦਾ ਹੈ ਇਸ ਲਈ ਉਸ ਉਤੇ ਅਮਲ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ 1860 ਇਸ ਵਿੱਚ ਬਣੀ ਇਸ ਡਾਡੀ ਕਾਨੂੰਨੀ ਮਦ ਦਾ ਅੰਤ ਹੋ ਗਿਆ ਜਿਹੜੇ ਲੋਕ ਇੱਕ ਸਦੀ ਤੋਂ ਉੱਪਰ ਦੀ ਇਹਦੀ ਅਬਦੀ ਵਿੱਚ ਫਾਂਸੀ ਲਟਕ ਗਏ ਉਹਨਾਂ ਦੇ ਮੰਦੇ ਭਾਗ ਤਨਵਾ